ਜੀਤ ਕੌਰ ਹੈ ਜੀ। ਜਿਹੜੀ ਬੱਚੀ ਦੀ ਮੌਤ ਹੋਈ ਆ ਉਹ ਤੁਹਾਡੀ ਕੀ ਲੱਗਦੀ ਸੀ? ਮੇਰੀ ਨੂੰਹ ਹੈ ਜੀ, ਨਹੀਂ ਹੈ ਜੀ, ਬਸ ਸਾਨੂੰ ਉਹਦੀ ਬੋਡੀ ਮਿਲੇ ਜੀ, ਮੇਰੇ ਬੱਚੇ ਨੂੰ ਵੀਜ਼ਾ ਮਿਲ ਜੇ ਅਤੇ ਅਸੀਂ ਹੁਣ ਦੇਖਣਾ ਚਾਹੁੰਦੇ ਹਾਂ ਅਤੇ ਉਹਦੀ ਬੱਚੀ ਦਾ ਕੁਛ ਬਣ ਸਕੇ ਜੀ। ਬੱਚੀ ਕਿੰਨੇ ਸਾਲਾਂ ਦੀ ਆ ਉਹਨਾਂ ਦੀ ਜੀ? ਜੀ 6 ਸਾਲ ਦੀ। ਕੁਝ ਅਫਵਾਹਾਂ ਵੀ ਉੱਡ ਰਹੀਆਂ ਹੈ ਜੀ। ਬਹੁਤ ਗਲਤ ਹੋ ਰਿਹਾ ਜੀ ਸਾਡੇ ਨਾਲ, ਅਸੀਂ ਚਾਹੁੰਦੇ ਹਾਂ ਦੋਨੇ ਪਰਿਵਾਰ ਇੱਕਾਂ ਜੀ। ਦੇਖੋ ਸਾਨੂੰ ਬਹੁਤ ਵੱਡਾ ਦੁੱਖ ਹੈ, ਸਾਨੂੰ ਇਹ ਇੱਦਾਂ ਦੀਆਂ ਖਬਰਾਂ ਨਾ, ਦੋਨੇ ਪਰਿਵਾਰ ਇੱਕਾਂ ਜੀ। ਦੇਖੋ ਸਾਨੂੰ ਬਹੁਤ ਵੱਡਾ ਦੁੱਖ ਹੈ, ਸਾਨੂੰ ਇਹ ਇੱਦਾਂ ਦੀਆਂ ਖਬਰਾਂ ਨਾ। ਬਸ ਉੱਥੇ ਪਹੁੰਚ ਕੇ ਬੱਸ 'ਚ ਉਤਰ ਕੇ ਰੋਡ ਕ੍ਰੋਸ ਕਰਨ ਲੱਗੇ ਸੀ, ਵਰਕ ਪਲੇਸ ਵਾਲੀ ਸਾਈਡ ਨੂੰ ਜਾਣ ਲੱਗੇ ਸੀਗੇ, ਉੱਥੇ ਕਿਤੇ ਟਰੱਕ ਨੇ ਹਿੱਟ ਕਰਤਾ ਉਹਨਾਂ ਨੂੰ ਸਵੇਰੀ। ਸ਼ਰਾਰਤੀ ਅਫਸਰ ਨੇ ਵੀਡੀਓ ਪਾ ਤੀ ਵੀ ਇਹਨਾਂ ਨੇ ਕੋਈ ਫੇਕ ਅਕਾਊਂਟ ਬਣਾਇਆ, ਵੀ ਇਹ ਫੇਕ ਫੰਡ ਟ੍ਰਾਂਸਫਰ ਕਰਾ ਰਹੇ ਨੇ। ਅਸੀਂ ਤਾਂ ਬਹੁਤ ਦੁੱਖ ਦੀ ਘੜੀ 'ਚੋਂ ਗੁਜ਼ਰ ਰਹੇ ਹਾਂ, ਐਵੇਂ ਦੀਆਂ ਗੱਲਾਂ ਨਾ ਕੀਤੀਆਂ ਜਾਣ। ਇਹੀ ਕਹਿਣਾ ਚਾਹੁੰਦੇ ਜੀ ਸਰਕਾਰਾਂ ਨੂੰ ਵੀ, ਉਰੀ ਰੈੱਡ ਬੋਡੀ ਆ ਜੇ ਭਾਈ, ਇਹਨਾਂ ਨੂੰ ਵੀਜ਼ਾ ਮਿਲ ਜੇ ਜੀ, ਇਹ ਪਹੁੰਚ ਜਾਣ ਉੱਥੇ ਦੇਖ ਕੇ ਲਿਆਉਣ ਜੀ ਉਰੇ ਘਰੇ ਸਾਡੇ। ਮੇਰੀ ਘਰ ਵਾਲੀ ਦਾ ਨਾਮ ਗਗਨਦੀਪ ਕੌਰ ਹੈ ਜੀ, ਜੋ ਅੱਜ ਤੋਂ 3 ਸਾਲ ਪਹਿਲਾਂ ਕੈਨੇਡਾ ਗਏ ਸੀਗੇ 2019 ਸਤੰਬਰ 'ਚ, ਅਤੇ 2 ਸਾਲ ਦੀ ਸਟੱਡੀ ਸੀਗੀ ਉਹਨਾਂ ਦੀ। ਸਟੱਡੀ ਤੋਂ ਬਾਅਦ ਉਹ ਵਰਕ ਪਰਮਿਟ 'ਤੇ ਸੀਗੇ, ਅਪਲਾਈ ਸਟੇਟਸ 'ਤੇ ਸੀ ਹੁਣ, ਅਤੇ ਜੋਬ ਜੂਬ ਚੱਲ ਰਹੀ ਸੀਗੀ ਵਧੀਆ। ਮੋਰਨਿੰਗ 7:15 ਦਾ ਟਾਈਮ ਸੀਗਾ, 5 ਤਰੀਕ ਦਾ ਆਪਣਾ ਵਰਕ 'ਤੇ ਚੱਲੇ ਸੀਗੇ ਉਹ, ਅਤੇ ਬਸ ਉੱਥੇ ਪਹੁੰਚ ਕੇ ਬੱਸ 'ਚ ਉਤਰ ਕੇ ਰੋਡ ਕ੍ਰੋਸ ਕਰਨ ਲੱਗੇ ਸੀ, ਵਰਕ ਪਲੇਸ ਵਾਲੀ ਸਾਈਡ ਨੂੰ ਜਾਣ ਲੱਗੇ ਸੀਗੇ, ਉੱਥੇ ਕਿਤੇ ਟਰੱਕ ਨੇ ਹਿੱਟ ਕਰਤਾ ਉਹਨਾਂ ਨੂੰ ਸਵੇਰੀ। ਉਸ ਤੋਂ ਬਾਅਦ ਮੈਨੂੰ ਉਹਨਾਂ ਦੇ ਓਨਰ ਦੀ ਕਾਲ ਆਉਂਦੀ ਹੈ ਮੋਰਨਿੰਗ 'ਚ, ਵੀ 7:15 ਦਾ ਹੀ ਟਾਈਮ ਸੀਗਾ ਇੱਧਰ ਦੇ, ਇੱਥੇ ਸ਼ਾਮ ਦੇ ਵੀ 7:20 ਸੀਗੇ ਇੰਡੀਆ ਦੇ ਵੀ, ਅਤੇ ਮੈਨੂੰ ਵੀ ਉਹਨਾਂ ਨੇ ਦੱਸਿਆ ਵੀ ਇੱਦਾਂ ਇੱਦਾਂ ਕਰਕੇ ਵੀ ਤੁਹਾਡੀ ਜਿਹੜੀ ਵਾਈਫ ਸੀਗੀ ਟਰੱਕ ਨੇ ਹਿੱਟ ਕਰਤਾ, ਵੀ ਉਹਨਾਂ ਦੀ ਔਨ ਦੀ ਸਪੋਰਟ ਹੀ ਡੈਥ ਹੋ ਗਈ ਉੱਥੇ। ਕਿਹੜੇ ਏਰੀਆ 'ਚ ਰਹਿੰਦੇ ਸੀ ਉੱਥੇ? ਪ੍ਰੀਅਲ ਸਾਲ ਸੀਗਾ। ਇਹ ਐਕਸੀਡੈਂਟ ਕਿੱਥੇ ਹੋਇਆ ਸੀ? ਐਕਸੀਡੈਂਟ ਵਰਕ ਪਲੇਸ ਦੇ ਸਾਹਮਣੇ ਹੋਇਆ, ਬਿਲਕੁਲ ਜਿੱਥੇ ਵਰਕ 'ਤੇ ਜਾ ਰਹੇ ਸੀ ਉੱਥੇ ਹੀ ਹੋਇਆ ਉਹਨਾਂ ਦਾ। ਕਿੰਨਾ ਸਮਾਂ ਹੋ ਗਿਆ ਸੀ ਉੱਥੇ ਸੇਮ ਪਲੇਸ 'ਤੇ ਕੰਮ ਕਰਦਿਆਂ ਨੂੰ? ਜੋਬ ਇੱਕ ਸਾਲ ਹੋ ਗਿਆ ਸੀਗਾ ਲਗਾਤਾਰ, ਉਦੋਂ ਵੀ 1 ਸਾਲ ਤੋਂ ਪਹਿਲਾਂ ਦੇ ਹੀ ਕਰ ਰਹੇ ਸੀਗੇ, ਜਦੋਂ ਸਟੂਡੈਂਟ ਵੀਜ਼ੇ 'ਤੇ ਸੀਗੇ ਉਦੋਂ ਵੀ ਉੱਥੇ ਹੀ ਸੀ ਜੋਬ ਉਹਨਾਂ ਦੀ। ਕੁਛ ਟਾਈਮ ਰੈਸਟੋਰੈਂਟ 'ਤੇ ਜੋਬ ਕਰੀ ਆ ਉਹਨਾਂ ਨੇ, ਉਦੋਂ ਬਾਅਦ ਬਸ ਜੋਬ ਇੱਥੇ ਹੀ ਚੱਲ ਰਹੀ ਸੀਗੀ। ਢਿੱਡ ਦੀ ਖਾਤਰ ਬੰਦਾ ਪਰਿਵਾਰ ਛੱਡ ਕੇ ਪ੍ਰਦੇਸ਼ ਨੂੰ ਚੱਲ ਜਾਂਦਾ ਅਤੇ ਉੱਥੇ ਅਣਹੋਣੀ ਘਟਨਾ ਵਾਪਰ ਜਾਵੇ ਤਾਂ ਦੁੱਖ ਬਹੁਤ ਹੁੰਦਾ। ਇਹ ਵਿਚਾਰੀ ਕੁੜੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਦੀ ਫੋਟੋ ਆ, 23/2/2015 ਦੇ ਵਿੱਚ ਵਿਆਹ ਹੋਇਆ ਸੀ, ਅੰਮ੍ਰਿਤਪਾਲ ਦਾ ਵਿਆਹ ਹੋਇਆ ਸੀ ਗਗਨਦੀਪ ਕੌਰ ਦੇ ਨਾਲ। ਪਰਿਵਾਰ ਦੀਆਂ ਤੰਗੀਆਂ ਕਰਕੇ 3 ਸਾਲ ਪਹਿਲਾਂ ਕੈਨੇਡਾ ਚੱਲ ਗਈ ਸੀ ਅਤੇ ਹੁਣ 6 ਸਾਲ ਦੀ ਬੱਚੀ ਹੈ ਅਤੇ ਉੱਥੇ ਅੱਜ ਰੋਡ ਐਕਸੀਡੈਂਟ ਦੇ ਨਾਲ ਵਿਚਾਰੀ ਦੀ ਮੌਤ ਹੋ ਗਈ ਹੈ। ਅਤੇ ਇਹ ਉਹਨਾਂ ਦੇ ਹਸਬੈਂਡ ਆ ਜੋ ਉਹਨਾਂ ਨੇ ਸਾਰੀ ਗੱਲ ਦੱਸੀ ਕਿ ਇਹਨਾਂ ਨੂੰ ਫੋਨ ਆਇਆ ਅਤੇ ਕਿਵੇਂ ਕਿਵੇਂ ਐਕਸੀਡੈਂਟ ਹੋਇਆ। ਪਰ ਕਈ ਜਿਹੜੇ ਸ਼ਰਾਰਤੀ ਬੰਦੇ ਹੁੰਦੇ ਆ ਅਤੇ ਉਹ ਵੀ ਅਫਵਾਹਾਂ ਉਠਾ ਦਿੰਦੇ ਆ ਕਿ ਇਹ ਇੱਕ ਫੇਕ ਅਕਾਊਂਟ 'ਤੇ ਪੈਸੇ ਇਕੱਠੇ ਕਰ ਰਹੇ ਆ, ਵੀ ਇਹੋ ਜਿਹਾ ਕੁਝ ਨਹੀਂ ਆ। ਇਹ ਚਾਹੁੰਦੇ ਆ ਕਿ ਵਿਚਾਰੇ ਇਹਨਾਂ ਦੀ ਲੜਕੀ, ਇਹਨਾਂ ਦੇ ਘਰ ਵਾਲੀ ਪਰਿਵਾਰ ਚਾਹੁੰਦਾ ਹੈ ਕਿ ਵਾਪਸ ਇੰਡੀਆ ਆ ਜਾਵੇ ਤਾਂ ਉਹ ਆਪਦਾ ਰਸਮਾਂ ਦੇ ਨਾਲ ਸੰਸਕਾਰ ਕਰ ਸਕਣ। ਪਤਾ ਨਹੀਂ ਲੋਕਾਂ ਨੂੰ ਕੀ ਮਿਲਦਾ ਇਹੋ ਜਿਹੀਆਂ ਗੱਲਾਂ ਕਰਕੇ, ਵੀ ਕਿਸੇ 'ਤੇ ਦੁੱਖ ਦਾ ਭਾਰ ਟੁੱਟਿਆ ਹੋਵੇ ਤਾਂ ਤੁਸੀਂ ਉਸ ਦਾ ਮਜ਼ਾ ਲੈਂਦੇ ਆ। ਬਹੁਤ ਸੁਣ ਕੇ ਦੁੱਖ ਹੋਇਆ ਕਿ ਇਹੋ ਜਿਹੀਆਂ ਗੱਲਾਂ ਕਰਨ ਤੋਂ ਪਹਿਲਾਂ ਸ਼ਰਮ ਕਰ ਲਿਆ ਕਰਨ ਕਿ ਆਪਣੇ ਪਰਿਵਾਰ 'ਤੇ ਵੀ ਕਦੇ ਵੀ ਇਹੋ ਜਿਹਾ ਕੁਛ ਹੋ ਸਕਦਾ ਹੈ। ਆਪਾਂ ਚਾਹੁੰਦੇ ਹਾਂ ਕਿ ਬੱਚੀ ਗਗਨਦੀਪ ਦੀ ਲਾਸ਼ 6 ਤੋਂ 6 ਇਹਨਾਂ ਦੀ ਬੋਡੀ ਇੰਡੀਆ ਲਿਆਂਦੀ ਜਾਵੇ ਅਤੇ ਹਸਬੈਂਡ ਨੂੰ ਅਤੇ ਬੱਚੀ ਨੂੰ ਵੀਸਾ ਮਿਲ ਜਾਵੇ, ਜੋ ਜਾ ਕੇ ਆਪਣੀ ਧਰਮ ਪਤਨੀ ਨੂੰ ਲਿਆ ਕੇ ਇੰਡੀਆ ਦੇ ਵਿੱਚ ਸੰਸਕਾਰ ਕੀਤਾ ਜਾਵੇ। ਅਤੇ ਆਪਾਂ ਇਹੀ ਚਾਹੁੰਦੇ ਹਾਂ ਕਿ ਵਿਚਾਰਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਕਿ ਇਹ ਕਿਹੋ ਜਿਹੀਆਂ ਘਟਨਾ ਅੱਜ ਕੱਲ੍ਹ ਵਾਪਰਦੀਆਂ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਆਪਣੇ ਲੋਕ ਅਣਗਹਿਲੀ ਕਰ ਜਾਂਦੇ ਆ ਜਾਂ ਡਰਾਈਵਰ ਅਣਗਹਿਲੀ ਕਰ ਜਾਂਦੇ ਆ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਇੱਕ ਕਮੈਂਟ ਜ਼ਰੂਰ ਲਿਖਣਾ ਪਲੀਜ਼। ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਰੱਬ ਰਾਖਾ। ਸਰਕਾਰਾਂ ਨੂੰ ਵੀ ਉਰੀ ਰੈੱਡ ਬੋਡੀ ਆ ਜੇ ਭਾਈ, ਇਹਨਾਂ ਨੂੰ ਵੀਜ਼ਾ ਮਿਲ ਜੇ ਜੀ, ਇਹ ਪਹੁੰਚ ਜਾਣ ਉੱਥੇ ਦੇਖ ਕੇ ਲਿਆਉਣ ਜੀ ਉਰੇ ਘਰੇ ਜੀ। ਇਹ ਬਸ ਇਹੀ ਮੰਗ ਆ ਜੀ ਸਾਡੀ, ਤਾਂ ਵੀ ਉਰੇ ਲੈ ਕੇ ਆਉਣ। ਇਹੀ ਗੱਲ ਇਹਨੂੰ ਕਹਿ ਰਹੇ ਹਾਂ ਜੀ, ਇਹਦੇ ਨਾਲ ਇਹੀ ਸਹਿਮਤੀ ਆ ਵੀ ਸਾਡੀ ਇਹ ਡੈੱਡ ਬੋਡੀ ਉਰੇ ਲੈ ਕੇ ਆ ਜੀ।